ਭਰਾਵਾ ਮੇਰੇ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ, ਉੱਥੇ ਸਰਪੰਚ ਕੋਲ ਵਗ ਜਾ, ਮੈਂ ਵੀ ਉਹਨਾਂ ਥੋੜੇ ਟਾਈਮ ਤੇ ਉਹ ਗਰਬਾ ਚੜ ਕੇ ਵੀ ਆ ਜਾਣਗੇ ਤੇ ਸੇਵਕ ਵੀ ਉਹ ਵੀ ਆ ਜਾਊਗਾ, ਤੂੰ ਮੇਰਾ ਹੱਲ ਕਰਾ ਦੇ, ਮੈਨੂੰ ਪਹੀ ਦਵਾ ਦੇ, ਮੇਰਾ ਤੇਰੇ ਨਾਲ ਕਾਸੇ ਦਾ ਰੌਲਾ ਨਹੀਂ ਹੈਗਾ। ਮੈਂ ਯਾਰ ਕੋਈ ਪਹੀਆਂ ਸੀ ਤੋਂ ਆਉਂਦਾ ਨਹੀਂ ਸੀ, ਮੈਂ ਤਾਂ ਤੇਰਾ ਬਾਣ ਦਾ ਕਰਿਆ ਸੀ, ਤੈਨੂੰ ਬਾਣ ਦਵਾਤਾ, ਠੀਕ ਆ, ਪਹੀਆਂ ਪਹੀਆਂ ਦਾ ਮੇਰੇ ਕੋਈ ਸਾਰੇ ਨਹੀਂ, ਆਦਾ ਕਿਸ ਤੋਂ ਲੈ ਨਾ ਲੈ ਉਹ ਤੇਰੇ ਸਾਰੇ ਆ, ਠੀਕ ਆ। ਬਾਕੀ ਸਰਪੰਚ ਕੋਲੇ ਆ, ਕੋਈ ਵੱਡੀ ਗੱਲ ਨਹੀਂ, ਸਰਪੰਚ ਕੋਲੇ ਵਗ ਜਾਣਾ, ਸਰਪੰਚ ਕੀ ਗੋਲੀ ਚਲਾ ਦੂ ਐ। ਚੱਲ ਕੋਈ ਗੱਲ ਨਹੀਂ, ਹੁਣ ਗੱਲ ਹੁੰਦੀ ਆ ਉਹ ਗੱਲ ਹੀ ਹੁੰਦੀ ਹੁੰਦੀ। ਚੱਲ ਕੋਈ ਗੱਲ ਨਹੀਂ, ਹੁਣ ਪੰਚਾਇਤ ਚ ਹੀ ਨਿਬੜਾਂਗੇ ਫਿਰ, ਨਵੇੜ ਨਿਬੜ ਜੀ। ਠੀਕ ਆ ਬੰਟੂ। ਹਾਂ ਤੂੰ ਤਾਂ ਢੇਰੇ ਢਾ ਕੇ ਬਹਿ ਗਿਆ, ਜੇ ਚਾਚੀ ਕਹਿੰਦੇ ਐਡੀ ਖੋਰਾ ਹੋ ਕੇ ਜਵਾਬ ਦੇਤਾ ਵੀ ਅਸਾਂ ਰਾਹ ਦਿੰਦੇ ਨੇ, ਇਹਦਾ ਮਤਲਬ ਇਹ ਥੋੜੀ ਆ ਵੀ ਹੁਣ ਆਪਾਂ ਜਮੀ ਢੇਰੀ ਢਾ ਕੇ ਬਹਿ ਜਾ, ਤੂੰ ਕਿਸੇ ਹੋਰ ਨੂੰ ਪੁੱਛਿਆ ਆਉਂਦਾ। ਹੋਰ ਹੁਣ ਕਿਹਨੂੰ ਪੁੱਛਾਂ, ਉਹਨਾਂ ਦਾ ਬਾਣ ਨੇੜੇ ਲੱਗਦਾ, ਉਹਨਾਂ ਦੇ ਬਾਣ ਤੋਂ ਗਾਹਾਂ ਪਈ ਹੈ, ਜਦੋਂ ਅਗਲਾ ਉਹੀ ਨਹੀਂ ਹਾਂ ਕਰਦਾ ਹੈਗਾ ਫਿਰ ਮੈਂ ਦੱਸ ਕੀ ਕਰ ਲਾ। ਚੱਲ ਕੋਈ ਨਾ, ਇੱਧਰ ਖੁੰਜੇ ਵਾਲਾ ਬਾਣ ਕਿਹਦਾ ਲੱਗਦਾ, ਮੈਂ ਤਾਂ ਮੁੰਡੇ ਦਾ ਨਾਮ ਹੀ ਨਹੀਂ ਜਾਣਦੀ, ਹੁਣ ਮੈਂ ਤਾਂ ਖੇਤ ਵੀ ਨਹੀਂ ਗਈ, ਨਹੀਂ ਮੈਂ ਤਾਂ ਨਾ ਪਿੰਡ ਚ ਹੋਰ ਕਿਸੇ ਦੇ ਜਾ ਆਉਂਦੇ ਭਾਈ ਪਤਾ ਕਰ ਆਉਂਦੇ, ਹੁਣ ਕਿੱਥੋਂ ਦਾ ਤਾਂ ਸਾਧਨ ਨਿਭਾਵਾਂਗੇ, ਅਗਲੇ ਨੇ ਜੇ ਕੋਰਾ ਜਵਾਬ ਦੇਤਾ ਫਿਰ ਕੱਲ ਨੂੰ ਚਾਚੀ ਕਿਹੜਾ ਕੋਈ ਕੰਮ ਆ ਜੂਗੀ ਜਾਂ ਮੈਂ ਉਹਦੇ ਕੰਮ ਆ ਜੂਗੀ। ਗੱਲ ਤਾਂ ਇਹ ਆ, ਚੱਲ ਇਹਨਾਂ ਦੇ ਮੂੰਹ ਮੱਥੇ ਲੱਗਦੇ, ਮੈਂ ਤਾਂ ਹੀ ਪੁੱਛਿਆ, ਹੁਣ ਜੇ ਕਿਸੇ ਨੂੰ ਉਹਨਾਂ ਨਾਲ ਜਿਨ੍ਹਾਂ ਦਾ ਹੋਰ ਕਿਸੇ ਦਾ ਬਾਹਣ ਆ ਕਦੇ ਬੁਲਾਏ ਨਹੀਂ ਚਲਾਏ ਨਹੀਂ, ਮੈਂ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ, ਉਹ ਤਾਂ ਬਾਹਰੋਂ ਆ ਕੇ ਰਹਿਣ ਲੱਗੇ ਇੱਥੇ ਪਿੰਡ ਆਪਣੇ, ਉਹ ਹੁਣ ਆਇਆ ਥੋੜੀ ਕਰਦਾ, ਇਹਨਾਂ ਨਾਲ ਮੈਨੂੰ ਆਇਆ ਹੈਗਾ ਸੀ, ਮੈਂ ਤਾਂ ਭੇਜਤਾ, ਮੈਂ ਚੱਲ ਚਾਚੀ ਮੰਨ ਜੂਗੀ। ਚੱਲ ਮੇਰੀ ਗੱਲ ਸੁਣ, ਜਿਹੜੇ ਉਹ ਬਾਈ ਵਰਗੇ ਬਾਹਰੋਂ ਆ ਕੇ ਰਹਿਣ ਲੱਗਿਆ ਨਾ, ਤੂੰ ਉਹਨਾਂ ਨਾਲ ਪਾ ਲਿਆ ਆ ਜਾ, ਤੇ ਉਹਨਾਂ ਨੂੰ ਤਾਂ ਆਪਣੇ ਵਰਤ ਵਰਤੇਵੇ ਦਾ ਹਜੇ ਕੁਛ ਨਹੀਂ ਪਤਾ, ਜਦੋਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਨਾਂ ਤਾਂ ਸਾਰਾ ਟੱਬਰ ਵਧੀਆ, ਵੀ ਮਾਂ ਦਾ ਸੁਭਾਅ ਵੀ ਵਧੀਆ, ਤੇਰਾ ਸੁਭਾਅ ਵੀ ਵਧੀਆ, ਚੱਲ ਤੀਵੀਂ ਦੇ ਸੁਭਾਅ ਤਾਂ ਘਰੇ ਖਾਧੀ ਘੜੀ ਮੇਰੇ ਨਾਲ ਦਾ ਕੀ ਗੱਲ, ਸੁਭਾਅ ਸਬੂਰ ਕੁਛ ਨਹੀਂ ਕਰਦਾ ਹੈਗਾ, ਅਗਲਾ ਕਹਿੰਦਾ ਸਾਡੀ ਫਸਲ ਖਰਾਬ ਹੋਊਗੀ, ਰਾਹ ਪੱਕ ਜੂਗਾ, ਐ ਸੁਭਾਅ ਨਹੀਂ ਦੇਖਦਾ ਹੁੰਦਾ, ਵਰਤ ਵਰਤੇਵਾ ਨਹੀਂ ਦੇਖਦਾ ਹੁੰਦਾ, ਮੈਂ ਵੀ ਸਿਆਣਾ, ਮੈਨੂੰ ਵੀ ਪਤਾ ਜੇ ਉਹਦੀ ਥਾਂ ਤੇ ਮੇਰੀ ਉਹ ਹੁੰਦੀ ਨਾ ਫਸਲ, ਮੈਂ ਵੀ ਨਹੀਂ ਟੱਪਣ ਦਿੰਦਾ ਕਿਸੇ ਨੂੰ, ਉਹ ਗੱਲਾਂ ਨਹੀਂ ਹੈਗੀਆਂ, ਗੱਲ ਤਾਂ ਐ ਵੀ ਹੈਪੀ ਨੇ ਮੈਨੂੰ ਕਸੂਤਾ ਫਸਾਤਾ। ਹੈਪੀ ਨੇ ਤਾਂ ਫਸਾਉਣ ਵਾਲੇ ਨੇ ਫਸਾਤਾ ਹੋਣਾ, ਅਗਲੇ ਨੂੰ ਤਾਂ ਉਹੀ ਵਿਚੋਲਪਣੀ ਵਾਲੀ ਗੱਲ ਹੁੰਦੀ, ਅਗਲੇ ਨੇ ਕੀਤਾ ਹੁੰਦਾ 5-10 ਹਜ਼ਾਰ ਵਿੱਚੋਂ ਵੀ ਕੋਈ ਗੱਲ ਨਹੀਂ, ਜੇ ਤੇਰਾ ਬਾਣ ਕਿਸੇ ਪਾਸੇ ਨਹੀਂ ਲੋਟ ਆਉਂਦਾ ਨਾਲੇ ਤਾਂ ਵੀ ਤੇਰੇ ਪੈਸੇ ਕਢਾ ਦੂੰਗਾ, ਨਾਲੇ ਫਸਲ ਨਹੀਂ ਮਰਦੀ ਤੇ ਨਾਲੇ ਅਗਲੇ ਨੂੰ ਘਰੇ ਬੈਠਿਆਂ ਦੇ ਠੇਕੇ ਦਾ ਠੇਕਾ ਮਿਲੂਗਾ, ਵੀ ਭਵਾਂ ਦੀ ਮੱਚੇ ਭਵਾਂ ਦੀ ਸੜੇ ਫਸਲ, ਹੈਪੀ ਨੇ ਤਾਂ ਆਪਦਾ ਕੰਮ ਕਰਕੇ ਪਾਰ ਗਿਆ। ਚੱਲ ਤੂੰ ਨਾ ਹਜੇ ਮਾਂ ਨੂੰ ਦੱਸੀ ਨਾ, ਹਾਂ ਕੋਈ ਨਾ ਮੈਂ ਆਪੇ ਢੰਗ ਜੇ ਨਾਲ ਦੱਸ ਦੂੰਗਾ, ਤੇ ਰਹੀ ਗੱਲ ਪਹਿਲਾਂ ਤਾਂ ਮੈਂ ਹੈਪੀ ਦੇ ਮੱਥੇ ਲੱਗਦਾ ਵੀ ਤੂੰ ਮੇਰੇ ਨਾਲ ਚੰਗੀ ਕੀਤੀ ਹੈ, ਜੇ ਕੋਈ ਰਾਹ ਸਿਰ ਪਾਉਂਦਾ ਹੋਇਆ ਉਹਨੂੰ ਮੈਂ ਦਬਾ ਪਾਉਂਗਾ ਨਾ ਵੀ ਤੂੰ ਇਹਨਾਂ ਨੂੰ ਮਨਾ ਗਰਬਾ ਚਣਕਿਆਂ ਨੂੰ, ਜੇ ਇਹਨੇ ਕੋਈ ਹਾਂ ਭਰ ਲਈ ਠੀਕ ਹੈ, ਨਹੀਂ ਫਿਰ ਮੈਂ ਤਾਂ ਪੰਚਾਇਤ ਸੱਦੂਗਾ, ਕਿਉਂ ਮੇਰੇ ਨਾਲ ਤਾਂ ਧੋਖਾ ਹੀ ਹੋਇਆ ਨਾ, ਮੈਨੂੰ ਜਦੋਂ ਕੁਝ ਦੱਸਿਆ ਨਹੀਂ ਕਰਿਆ ਨਹੀਂ, ਮੈਨੂੰ ਹੈਪੀ ਨੇ ਦਾਇਆ ਦੱਸ ਪੈਸੇ ਵਾਪਸ ਕਰ ਦੇਣਗੇ ਅਗਲੇ, ਹੁਣ ਉਹ ਹੁਣ ਸਰਪੰਚ ਕੋਲ ਜਾਊਗਾ ਕੋਈ ਹੱਲ ਤਾਂ ਕਰਾਊਗਾ, ਹੁਣ ਮੈਨੂੰ ਤਾਂ ਉਹ ਪਹੀ ਦਿਖਾ ਗਿਆ ਦੂਰੋਂ ਵੀ ਆਹ ਪਈ ਜਾਂਦੀ ਹੈ ਗਾਂ, ਮੈਨੂੰ ਕੀ ਪਤਾ ਇਹ ਪਲਾਟ ਚੋਂ ਟੱਪਦੀ ਹੈ ਕਿਸੇ ਚੋਂ, ਉਹ ਵੀ ਅਗਲੇ ਨੇ ਵੇਚਤਾ, ਉਹਨਾਂ ਦੀ ਕੋਈ ਸਹਿਮਤੀ ਸੀ, ਪਹਿਲਾਂ ਟਪਾਈ ਜਾਂਦੇ ਸੀ, ਹੁਣ ਉਹ ਪਲਾਟ ਉਹਨਾਂ ਨੇ ਗਾਂ ਵੇਚਤਾ, ਉਹ ਕਹਿੰਦੇ ਵੀ ਅਗਲੇ ਦੀ ਮਰਜ਼ੀ, ਅਗਲਾ ਕਹਿੰਦਾ ਮੈਂ ਤਾਂ ਮਕਾਨ ਪਾਉਣਾ ਵੀ ਆਦਾ ਰਾਹ ਹੋਰ ਦੇਖ, ਤੇ ਉਹ ਕਣਕ ਸੋਹਣੀ ਖੜੀ ਆ ਨਾਲੇ ਸਰੋਂ, ਉਹ ਖੜੀ ਤਾਂ ਹੈਗੀ ਆ, ਹੁਣ ਦੱਸ ਮੈਂ ਕੀ ਕਰਾਂ, ਜੇ ਮੈਂ ਹੁਣ ਛੱਡਦਾ ਤਾਂ ਵੀ ਮਰਦਾ, ਪੈਸੇ ਲਾਏ ਆ ਉਹੀ 4 ਪੈਸੇ ਸੀ ਜਿਹੜੇ ਮੈਂ ਬੈਂਕ ਚੋਂ ਕਢਾ ਲਿਆ ਆ, ਹੁਣ ਫਿਕਰ ਤਾਂ ਮੈਨੂੰ ਇਹ ਹੋਇਆ ਪਿਆ, ਚੱਲ ਔਖਾ ਸੌਖਾ ਕੇਰਾ ਤਾਂ ਮੈਂ ਡੰਗਾ ਸਾਰ ਲੂੰਗਾ, ਕੱਲ ਨੂੰ ਜੇ ਹੜੰਬਾ ਨਾ ਟੱਪਿਆ, ਟਰੈਕਟਰ ਨਾ ਟੱਪਿਆ, ਦੱਸ ਮੈਂ ਉਹ ਕੀ ਕਰੂੰਗਾ। ਗੱਲ ਤਾਂ ਤੇਰੀ ਵੀ ਸਿਆਣੀ ਆ, ਚੱਲ ਕੋਈ ਨਾ, ਕੋਈ ਹੀਲੇ ਨਾਲ ਵਸੀਲਾ ਬਣ ਹੀ ਜਾਂਦਾ ਹੁੰਦਾ, ਕਿਸੇ ਨਾਲ ਕੋਈ ਗੱਲ ਕਰ ਲਾ, ਤੇ ਮੈਂ ਮਾਂ ਨੂੰ ਤਾਂ ਕੁਛ ਨਹੀਂ ਦੱਸਦੀ, ਜਿਵੇਂ ਤੂੰ ਕਹੇਂਗਾ ਮੈਂ ਤਾਂ ਉਵੇਂ ਮਾਂ ਤੋਂ ਤਾਂ ਪੜਦੀ ਆ, ਜੇ ਹੁਣ ਕੱਲ ਨੂੰ ਕੋਈ ਹੋਰ ਵੱਧ ਗੱਲ ਪਏਗੀ ਤਾਂ ਵੀ ਮਾਂ ਨੂੰ ਦੱਸਣਾ ਪਊ, ਆਪਦਾ ਗੱਲੀ ਬਾਤੀ ਮਾਂ ਕੋਲੇ ਆਪੇ ਗੱਲ ਛੇੜਦੀ, ਫਿਰ ਮਾਂ ਵਿਚਾਰੀ ਬਲੱਡ ਵਧਾ ਘਟਾ ਲਊਗੀ। ਉਹ ਮੈਂ ਤਾਂ ਕੋਈ ਨਾ ਹੱਲ ਕਰ ਲੂੰਗਾ, ਤੇ ਸੱਚ ਹੋਰ ਇੱਕ ਗੱਲ ਭੁੱਲ ਗਿਆ ਮੈਂ ਤਾਂ ਕਹਿਣੀ, ਹਾਂ ਪਿੰਡੋਂ ਫੋਨ ਆਇਆ ਸੀਗਾ, ਅੱਛਾ ਉਹ ਕਹਿੰਦੇ ਗਗਨ ਨੂੰ ਭੇਜ ਦੇ, ਕਹਿੰਦੇ ਮਾਂ ਨਾ ਢਿੱਲੀ ਜੀ ਹੋਈ ਪਈ ਆ, ਤੇ ਬਾਲਾ ਹੀ ਉਹ ਕਰੀ ਜਾਂਦੀ ਆ, ਮੈਂ ਕਿਹਾ ਚੱਲ ਕੋਈ ਗੱਲ ਨਹੀਂ ਮੈਂ ਭੇਜ ਦੂੰਗਾ ਅੱਜ। ਚੱਲ ਕੋਈ ਨਾ, ਸ਼ਾਮ ਜੀ ਨੂੰ ਵਗ ਜੂ, ਹਜੇ ਤਾਂ ਮੈਂ ਉਹਨਾਂ ਦੇ ਵੀ ਜਾ ਕੇ ਆਉਣਾ, ਹੈਪੀ ਦੀ ਬਹੂ ਕੋਲ ਜਾ ਕੇ ਆਉਂਗੀ ਮੈਂ। ਚੱਲ ਜਾਈ ਜੇ ਜਾ ਕੇ ਆਉਣਾ ਤੇ ਵਗ ਜੀ, ਮੁੜ ਕੇ ਫਿਰ ਮੈਨੂੰ ਲਾਂਭਾ ਦਿੰਦੇ ਹੁੰਦੇ ਵੀ ਜਦੋਂ ਤੈਨੂੰ ਫੋਨ ਕਰਤਾ ਸੀ ਤੂੰ ਭੇਜੀ ਨਹੀਂ ਹੈਗੀ। ਕੋਈ ਨਾ, ਉਹ ਤਾਂ ਮੈਂ ਜਾ ਆਉਂਗੀ, ਇੱਕ ਬੱਸ ਗਈ ਦੂਜੇ ਦਿਨ ਮੁੜ ਆਉਂਗੀ, ਜੇ ਮੈਂ ਅੱਥਨੇ ਗਈ ਤਾਂ ਫਿਰ ਭਾਈ ਮੈਂ ਕੱਲ ਨੂੰ ਆਉਂਗੀ ਰਾਤ ਕੱਟ ਕੇ। ਚੱਲ ਕੋਈ ਨਾ ਕੋਈ ਨਾ, ਬਾਕੀ ਇਹ ਗੱਲਾਂ ਤਾਂ ਬੰਦਿਆਂ ਵਾਲੀਆਂ ਨੇ, ਮੈਂ ਫਿਰ ਇਕੱਠੀ ਕਰਨਾ ਪਊਗਾ, ਪੰਚਾਇਤ ਕਰੂੰਗਾ, ਆਪੇ ਕੋਈ ਤਾਂ ਰਾਹ ਸਿਰ ਪਾਉਣਗੇ ਮੈਨੂੰ, ਐਂ ਥੋੜੀ ਹੁਣ ਉਹ ਹੁੰਦਾ। ਹਾਂ ਚੱਲ ਠੀਕ ਆ, ਚਾਹ ਬਣਾਉਣੀ ਆ ਘੁੱਟ, ਫਿਰ ਜਾ ਆਈ ਜਿਹਦੇ ਕੋਲ ਜਾ ਕੇ ਆਉਣਾ। ਚੰਗਾ ਚੰਗਾ, ਬਣਾ ਦੇ ਘੁੱਟ ਚਾਹ ਦੀ। ਲੈ ਆਉਣ ਸਾਰ ਮੱਥਾ ਮਾਰ ਲੱਗ ਗਈ, ਕੀ ਤਰੀ ਇੰਨੀ ਮਾਂ ਇਹਨੂੰ। ਕੁੜੇ ਮੈਂ ਤਾਂ ਨਾ ਮੈਂ ਗਾਂ ਨੂੰ ਖਲਗੁੜ ਪਿਆ ਕੇ ਹਟੀ ਸੀਗੀ ਤੇ ਮੈਂ ਤਾਂ ਉੱਥੇ ਲੇਟ ਹੋ ਗਈ, ਕੁੜੀ ਦਾ ਲੀੜਾ ਕੱਪੜਾ ਲੈਣ ਲੱਗ ਗਈ, ਤੂੰ ਕਿੱਧਰ ਫਿਰਦੀ ਹੈਗੀ। ਮੈਂ ਤਾਂ ਕਿਤੇ ਨਹੀਂ ਫਿਰਦੀ, ਮੈਨੂੰ ਤਾਂ ਬੰਟੂ ਕਹਿੰਦਾ ਸੀਗਾ, ਕਹਿੰਦਾ ਪਿੰਡੋਂ ਫੋਨ ਆਇਆ, ਕਹਿੰਦਾ ਅੱਥਨੇ ਜੇ ਪਿੰਡ ਵਗ ਜੀ, ਕਹਿੰਦਾ ਤੈਨੂੰ ਬੁਲਾਇਆ ਗਾ। ਮੈਂ ਭਾਈ ਫਿਰ ਜੇ ਮੈਂ ਅੱਥਨੇ ਗਈ ਤਾਂ ਮੈਨੂੰ ਰਾਤ ਲੱਗੂ, ਕਹਿੰਦਾ
कुछ नी ओ मैं पिंड जाऊंगी ना चल तू बह जा मैं चाह पानी कर दी नाले मैं सन्नी कर दी 2:30 बजे 3 बजे करूंगी सन्नी मैं होर चल बेचारी मां नू भी नहीं हुण दस्या जांदा भी की करिए कंजर खाने तो आ हो पे आ भी बाण नू तां किसे पासे कोई भी ओह नहीं लगता रहा भी हुण की करिए भी इसे गल पिछे अस तां गल करदे आ जे इक्को दम गल दसांगे ब्लड घटा लूगी जे नहीं दसदे तां भी पंगे आ चल बंटू आपी दस दू मैं पहला हरप्रीत कोल जाया वा हरप्रीत नी हां हरप्रीत अच्छा कर रही हां दीदी आ जा बैठ बस मैं बैंदी नहीं गी मैं ना मां नू गप मार के आई आ अच्छा हां मैं आखा मैं आपदे भतीजे वास्ते 2 स्वेटर फट के ल्याउणी मैं क्यों ने बुने आ अच्छा। ते मैं अज आपदे पिंड जाना सी ना अच्छा हूं ता मैं तेरे कोल कोई काम आई है जरूरी हां दस आ जा बह जा फिर गल कर ला मेरे नाल बैठ के तू आ जा चल बैठण नु ता की आ चंगा चल बह जाने आ भणे आ जा हुन रोज आउनी है नी भणे गेड़ा ता कहंदे हुंदे सबब नाल ही वाजदा पर मैनू ता काम पै गया जरूरी मैं ता तां आई मैं ता कपड़े भी लेके बैठी मैं पहला तेरी गल ही सुना गल मेरी ना हरते ते सुनन वाली आ भाई बेचारे हैप्पी नू पता नहीं सी रब जाने पता सीगा हुण बंदे बंदे ही जानण जिहड़ी साडी जमीन आ उहदे नाल बचने की जमीन लगदी ते परले पासे पई आ उरले पासे जिहदा खुंजा लगदा उह पिंड च नवे आए अस तां उहनां नू जाणदे नहीं ठगी करती साडे नाल की पता हैप्पी नू भी पता ही ना होवे भी ओह समझ गया होवे बचने की जमीन इही टक चाहो तां हुण पता लग्गिया सानू भी ओह तां बचने की आ साडी परले पासे उरले पासे रहेगी ओह परले पासे फिर पही रहेगी सानू तां हुण बाला औखा हो गया ते जे मैं गई चाची कोले हाँ। मैं चाची कहिंदी आ के साडा तां कोरा जवाब आ कहिंदी पैसा धेली सारा कुछ मेरे हाथ च आ गगना ओह तुसी लै जो ते पर कहिंदी भई आ रूह तां असीं ना अज दईए ना कहीए कल ते आए चिट्टा होके जवाब देता कुड़े दस भी गमांड गमांड दे मत्थे कम आउंदा अगला और आंड गमांड दा की सुख हुंदा जे आपां किसे इक दूजे भैण भाई दे कम ही ना आए कम ही ना आए हां फिर गमांड दा की सुख कहिंदे दुख च भी सुख च भी आ के गमांड दा ਤਾਂ ਮੈਂ ਤੇਰੇ ਕੋਲ ਆਈ ਵੀ ਤੂੰ ਹੈਪੀ ਨੂੰ ਕਹਿ ਕਹਾ ਕੇ ਭਾਈ ਸਾਡਾ ਕੋਈ ਹੀਲਾ ਵਸੀਲਾ ਕਰਾਓ ਨਹੀਂ ਤਾਂ ਫਿਰ ਬੰਟੂ ਆਏ ਕਹਿੰਦਾ ਸੀ ਵੀ ਮੈਂ ਪੰਚਾਇਤ ਇਕੱਠੀ ਕਰੂੰਗਾ ਤੇ ਜਾਂ ਸਾਡੇ ਪੈਸੇ ਮੋੜ ਦੇਣ ਮੈਨੂੰ ਪਤਾ ਵੀ ਇਹ ਜ਼ਮੀਨਾਂ ਜਾਇਦਾਦਾਂ ਦੇ ਕੰਮ ਜਦੋਂ ਹੋ ਜਾਣਾ ਅਗਲਾ ਦੁੱਗਣੇ ਭਰਾ ਤਾਂ ਲਵੇ ਮੈਂ ਹੋਰ ਕੌਣ ਦੇਊਗਾ ਤੂੰ ਇਸ ਗੱਲ ਦਾ ਤੂੰ ਫਿਕਰ ਨਾ ਕਰ ਤੇਰੇ ਵੀ ਨਿੱਕੇ ਨਿੱਕੇ ਵੇਖ ਜਵਾਕ ਹੈ ਤੇ ਜਵਾਕਾਂ ਜੱਲੇ ਵਾਲੇ ਅਸੀਂ ਆ ਅਸੀਂ ਨਹੀਂ ਭਾਈ ਕਿਸੇ ਦੀ ਤਰਸੀਸ ਲੈਂਦੇ ਮੈਂ ਕੋਈ ਨਾ ਹੈਪੀ ਨੂੰ ਕਹੂੰਗੀ ਜੇ ਹੈਪੀ ਨੇ ਸੌਦਾ ਕਰਾਇਆ ਹੋਇਆ ਤਾਂ ਮੈਂ ਤੇਰਾ ਹੱਲ ਕਰਵਾ ਕੇ ਛੱਡੂ ਸੌਦਾ ਤਾਂ ਬਾਈ ਹੈਪੀ ਨਹੀਂ ਕਰਵਾਇਆ ਵਿੱਚ ਵਿਚਾਲੇ ਪੈ ਕੇ ਇਸੇ ਨਹੀਂ ਦਵਾਈ ਆ ਤਾਂਹੀਓ ਮੈਂ ਇੱਧਰ ਆਈ ਮੈਂ ਤੂੰ ਚੱਲ ਇੱਕ ਵਾਰੀ ਬਾਈ ਕੋਲ ਗੱਲ ਜੀ ਛੇੜ ਕੇ ਦੇਖ ਲਈ ਵੀ ਨਾ ਤਾਂ ਇਹ ਨਵੇਂ ਬੰਦਿਆਂ ਨੂੰ ਤੇਰੀ ਜਾਣ ਪਛਾਣ ਹੋਊਗੀ ਵੀ ਸਾਨੂੰ ਰਾਹ ਦਵਾ ਦੇ ਦੇਣ ਅਸੀਂ ਕਿਹੜਾ ਦੱਬਣਾਗਾ ਜਿਹੇ ਜਿਹਾ ਹਾਂ ਆ ਚਾਚੀ ਨੂੰ ਮੈਂ ਐਂ ਵੀ ਕਹਿ ਕੇ ਦੇਖ ਲਿਆ ਮੈਂ ਚਾਚੀ ਜਿਹੇ ਜੀ ਤੁਹਾਡੀ ਕਣਕ ਲੱਤੜੀ ਜਾਊ ਉਹ ਜਿਹਾ ਮੈਂ ਗੱਟਾ 2 ਗੱਟੇ ਪੈਸਾ ਫਸਲ ਦੇ ਲੈ ਲਓ ਤੂੰ ਆਏ ਆ ਗਗਨਾ ਜੇ ਬਈ ਕਿਸੇ ਦਾ ਵੀ ਐਂ ਬਾਣ ਨਾਲ ਪਹੀ ਨਾ ਲੱਗੇ ਨਾ ਅਗਲਾ ਡੰਡੀ ਨਹੀਂ ਬਣਾਉਣ ਦਿੰਦਾ ਹੁੰਦਾ ਵਿੱਚੋਂ ਬਣਾਉਣ ਤਾਂ ਨਹੀਂ ਦਿੰਦਾ ਪਰ ਆਏ ਆ ਵੀ ਸਾਡਾ ਵੀ ਕੋਈ ਹੀਲਾ ਤਾਂ ਹੁਣ ਹੋਊਗਾ ਪੈਸੇ ਵੀ ਡੁੱਬਣਗੇ ਸਾਡੇ ਤਾਂ ਫਸਲ ਵੀ ਨਾ ਥਾ ਹੀ ਇਸ ਤਾਂ ਮਾਂ ਨੂੰ ਵੀ ਦੋਨੇ ਜੀਆਂ ਨੇ ਦੱਸਿਆ ਨੀ ਜੇ ਦੱਸਿਆ ਤੇ ਉਹ ਬਿਮਾਰ ਹੋ ਜੂਗੀ ਬਾਕੀ ਭੈਣੇ ਪੈਸੇ ਕਿਹੜਾ ਕੋਲੇ ਪਏ ਹੁੰਦੇ ਚੱਕ ਕੇ ਤੁਸੀਂ ਦਿੱਤੇ ਹੋਣਗੇ ਹੋਰ ਕੁਸਕ ਤਾਂ ਬੰਟੂ ਇਕੱਠੇ ਗੁੱਠੇ ਕਰੀ ਬੈਠਾ ਸੀ ਭਾਈ ਅਈ ਪਏ ਸੀਗੇ ਪਿਛਲੇ ਹਨਾ ਜਦੋਂ ਅਸੀਂ ਠੇਕਾ ਭਰੇ ਉਹ ਚੋਂ ਬਚੇ ਸੀ ਕੁਛ ਘਰੇ ਮਾੜੇ ਮੋਟੇ ਬਚਾ ਲੈਂਦੇ ਆ ਅਈ ਅਸ ਤਾਂ ਨਾ ਹੱਥ ਘੁੱਟ ਕੇ ਪੈਸਾ ਜੋੜਦੇ ਆ ਉਹੀ ਵਿਚਾਰੇ ਨੇ ਕਢਾ ਕੇ ਸਾਰੇ ਠੇਕੇ ਦੇ ਭਰਤੇ ਉਹ ਤਾਂ ਹੈਗਾ ਹੀ ਹਜੇ ਅੱਧੇ ਫਸਲ ਵੇਲੇ ਦੇਵਾਂਗੇ ਕੋਈ ਨਾ ਤੂੰ ਇਸ ਗੱਲ ਦਾ ਫਿਕਰ ਨਾ ਕਰ ਆ ਜਾਂਦੇ ਹੈਪੀ ਨੂੰ ਮੈਂ ਉਹਦੇ ਨਾਲ ਗੱਲ ਕਰੂੰਗੀ ਸੋਡਾ ਹੱਲ ਤਾਂ ਮੈਂ ਕਰਵਾ ਕੇ ਛੱਡੂ ਹੋਰ ਬਾਈ ਮੈਂ ਤਾਂ ਤੰਨਿਓ ਆਈ ਸੀ ਮੈਨੂੰ ਤਾਂ ਤਰਸ ਆਉਂਦਾ ਸੋਡੇ ਜਵਾਕਾਂ ਤੇ ਤੇਰੇ ਹੋਏ ਕਿ ਮੇਰੇ ਜਵਾਕ ਹਾਂ ਨਾ ਬਾਈ ਸੋਡਾ ਸੁਭਾਅ ਚੰਗਾ ਨਾ ਤੇ ਤੁਸੀਂ ਬੇਈਮਾਨ ਜੇ ਤਾਂ ਹੈ ਨਹੀਂ ਮੈਨੂੰ ਪਤਾ ਬਾਕੀ ਤੂੰ ਤਾਂ ਬਲਾਈ ਚੰਗੀ ਆ ਕਿੱਦੇ ਦੇ ਵਰਤਦੇ ਆ ਹੁਣ ਬਚਨੇ ਦੀ ਮਾਂ ਨੇ ਤਾਂ ਚਿੱਟਾ ਜਵਾਬ ਦੇਤਾ ਦੁੱਧ ਵਰਗਾ ਨਹੀਂ ਆ ਤਾਂ ਗੱਲ ਗਲਤ ਹੈ ਗਮਾਂਡ ਮੱਥੇ ਤਾਂ ਅਗਲਾ ਵਰਤਦਾ ਹੁੰਦਾ ਹੈ ਸਹੀ ਗੱਲ ਆ ਬਰਤਨ ਨਾਲ ਹੀ ਗਵਾਂਡ ਹੁੰਦਾ ਚਲ ਮੈਂ ਜਾਨੀ ਅੱਜ ਤਾਂ ਮੈਂ ਨਾ ਹੱਥ ਨੇ ਜਦ ਪੇਕੇ ਜਾਉਂਗੀ ਹੁਣ ਸੰਨਿਆ ਸੱਪੇ ਕਰੂੰਗੀ ਹਜੇ ਆਪਦੀ ਮਾਂ ਨੂੰ ਕਹਿ ਕੇ ਆਈ ਆ ਮਾਂ ਮੈਂ ਹਰਪ੍ਰੀਤ ਕੋਲ ਜਾ ਕੇ ਆਉਣੀ ਚਲ ਮੈਂ ਵੀ ਮਾਂ ਹੋਰ ਕਰ ਲੈ ਕੰਮ ਚਲ ਫੇਰ ਆਉਂਗੀ ਮੈਂ ਤੇਰੇ ਕੋਲ ਚੰਗਾ ਕਬਲਾ ਹੀ ਚਿਰ ਤੋਂ ਆਈ ਸੀ ਮਹੀਨਾ ਤਾਂ ਬੈਂਦਾ ਹੀ ਆ ਜਾਂਦਾ ਵੇਖਾਂ ਗੋਦੇ ਸੇਠ ਦੇ ਕਿੰਨੇ ਕੁ ਪੈਸੇ ਆ
जमीन जमीन कि करिए बंटू जो जमीन दवा दी 30,000 जमीन दवाई है 2,00,000 की फसल खड़ी है सरों सरों हूं जान का राह मैं ठेका लेता मैं जैसे जीवन जमीन का कह जी जमीन की मैं दलाली लेती है उस जो जमीन दवा दी वधिया रोटी का खाया भाई किधर तू रह फिरदा तू ऊ पता नहीं की कल्पना च बड़ा पिया रोटी का भुख नहीं हैगी मां मेनू तेरा ऐ क्यों मुंह जा उड्डा पै की हो गया मैं दसता दे तू होना की है मां ओ हैप्पी ने जमीन नहीं दवाई सी जिहड़ी आपां ठेके ते लैती है हां मैनू कहिंदा वी ओनू पही लगदी है ओनू तां कोई राह नहीं लगदा हैगा ना ही कोई आंढी गवांढी टप्पण दिंदा हैगा मैनू तो पहले ही पता सी भी तू नवा वड खड़ा करेगा तेन नहीं पता कासे दा एक काहल वाली करदा मैं आखा सी ना हैप्पी दे मगर एडी छेती लग तू ओ फिर मैनू की पता सी भी हैप्पी ऐ करूगा ऊ तां मैनू पही दिखाई सी गां प्लाट हैगा सी ओ भई हुण मकान पाउण लग गए कहिंदे साडे तां असीं तां प्लाट चो टप्पण नहीं दिंदे हैगे ते हैप्पी ने मैनू इह गल दसी नहीं हैगी प्लाट किहे दा हैगा मैं मर जा आपां तां फिर नवा वंज कड्या गया ओ की कड्या गया मैं तां गर्वचन दी पैली नाल लगदी है ओनू गल कीती ओ कहिंदा भई मैं तां टप्पण दिंदा हैगा कल गगन उहनां दे घरे गई सी शाम नूं भेजी सी मैं तू तां है नहीं सी घरे अच्छा घरों भी उन्होंने जवाब दिता भी भाई जिवें साडे मुंडे कहणगे असीं तां उवें करांगे हुण मैं तां ना ऐ सोची जांदा भी सरपंच कोल जांदा चार बंदे इकट्ठे करदा ते हैप्पी दी लाह पा करावां कोई तां हल कराऊगा हैप्पी दी लाह पा करा तां देवेंगा हैप्पी ने हुण की राह देना तैनूं आपणे तां कसूता वंज कड्या गया हुण कीने किसी ने मनणा उत्थे जे रस्ता ना मिले आपां नूं आपणे तां पैसे सिर पै जाणगे ओ ऐ आ ना उत्थे इक गवांढी होर आ ना तां मैं उहदा जाणदा नहीं हैगा पैली उहनां दी वी नाल लगदी हैगी आ ਮੈਂ ਕਿਹਾ ਐਂ ਵੀ ਸਰਪੰਚ ਕੋਲ ਨਾ ਉਹਨਾਂ ਨੂੰ ਵੀ ਸੱਦ ਲੈਂਦੇ ਹਾਂ ਕੀ ਹੈ ਕੋਈ ਮਿੰਟ ਤਰਲਾ ਕਰ ਲੂੰਗਾ ਕਿਸੇ ਦਾ ਆਹ ਫਸਲ ਚੱਕ ਲੈਣ ਦੇ ਗਾਂ ਫਿਰ ਦੇਖਾਂਗੇ ਨਾ ਬੀਜਾਂਗੇ ਕੁਛ ਮੈਂ ਤਾਂ ਨਾ ਤੇਰਾ ਮੂੰਹ ਹੀ ਦੇਖ ਰਿਹਾ ਸੀ ਮੈਂ ਤੇਰੀ ਮਾਂ ਹੈ ਮੈਂ ਤੇਰੇ ਦਿਲ ਦੀਆਂ ਬੁਝਦੀ ਹਾਂ ਮੈਂ ਆਖਾਂ ਕਿਤੇ ਉਹ ਬਾਗੀ ਮਹਾਂ ਵੀ ਤਾਂ ਕਲਪਣਾ ਕਰਦਾ ਤੁਰਿਆ ਫਿਰਦਾ ਮੈਂ ਕਿਹਾ ਵੀ ਚੱਲ ਉਹ ਨਹੀਂ ਕਾਹਦਾ ਸੀ ਮੈਂ ਤਾਂ ਹੋਰ ਹੀ ਸਿਆਪੇ 'ਚ ਫਸਿਆ ਪਿਆ ਤਾਂ ਫਿਰ ਮੈਨੂੰ ਆਇਆ ਸੀ ਤੂੰ ਲੜੇਂਗੀ ਮੈਂ ਤਾਂ ਨਹੀਂ ਦੱਸਦਾ ਪਿਆ ਸੀ ਕੱਲ੍ਹ ਦਾ ਮੈਂ ਤਾਂ ਲੜਨ ਤਾਂ ਪਰੇ ਰਹਿ ਗਿਆ ਮਾਂ ਨੂੰ ਕੀ ਕਲਪਣਾ ਨਹੀਂ ਮਾਂ ਨੂੰ ਤਾਂ ਆਪ ਕਲਪਣਾ ਹੋ ਗਈ ਜਿਹੜੇ ਦੋ ਪੈਸੇ ਸੰਗਾ ਅਕਾਊਂਟ 'ਚ ਸੀਗੇ ਉਹ ਵੀ ਕਢਾ ਕੇ ਤੂੰ ਤਾਂ ਉਹੀ ਗੱਲ ਲਾ ਤੇ ਦੇਖੇ ਮੈਂ ਤਾਂ ਤੈਨੂੰ ਕਿਹਾ ਸੀਗਾ ਵੀ 35,000 'ਚ ਕਿਹੜੇ ਵਾਹਣ ਹੋਣਗੇ ਵੀ ਪਹਿਲਾਂ ਜਾ ਕੇ ਦੇਖਿਆ ਉਹੀ ਰਾਹ 'ਚ ਠੱਗਿਆ ਗਿਆ ਚੱਲ ਵਾਹਣ ਦਾ ਤਾਂ ਮਾਰੂ ਸੀ ਉਹ ਤਾਂ ਆਪਦੀ ਕਿਸਮਤ ਰਹਿ ਗਈ ਕਹਾਂ ਵੀ ਮਾਰੂ ਵਾਹਣ ਹੈ ਚੱਲ ਕੋਈ ਨਾ ਤਾਂ ਮੈਂ ਸਰਪੰਚ ਸਾਹਿਬ ਨੂੰ ਫੋਨ ਕੀਤਾ ਸੀ ਉਹ ਕਹਿੰਦਾ ਮਾੜਾ ਜਿਹਾ ਆ ਕੇ ਮੈਨੂੰ ਚੰਗੀ ਤਰ੍ਹਾਂ ਗੱਲ ਸਮਝਾ ਕਹਿੰਦਾ ਫੋਨਾਂ 'ਤੇ ਕੋਈ ਗੱਲਾਂ ਨਹੀਂ ਹੁੰਦੀਆਂ ਹੈਗੀਆਂ ਹੁਣ ਮੈਂ ਜਾਣਾ ਉਹਦੇ ਕੋਲ ਤੇ ਗੱਲ ਕਰਦਾ ਕੀ ਹੈ ਕੋਈ ਹੱਲ ਹੋ ਹੀ ਜਾਵੇ ਕਾਸੇ ਦਾ ਕਾਹਦਾ ਹੱਲ ਹੋਣਾ ਸੀ ਕਰ ਲੈ ਇਕੱਠ ਮੈਂ ਤਾਂ ਤੈਨੂੰ ਕੁਛ ਨਹੀਂ ਕਹਿੰਦੀ ਮੈਂ ਕੀ ਕਹਿਣਾ ਹੈਗਾ ਤੇ ਆਪਾਂ ਤੱਕ ਮਾਂ ਪੁੱਤਾਂ ਨੂੰ ਕਲਪਣਾ ਖੜੀ ਹੋ ਗਈ ਹੁਣ ਬਸ ਚੱਲ ਦੇਖਦੇ ਆ ਤਾਂ ਹੁਣ ਕਰੋ ਕੋਈ ਨਾ ਕੋਈ ਤਾਂ ਹੱਲ ਕਰੂਗਾ ਮਾਂ ਤੂੰ ਦੱਸ ਐ ਕਿਉਂ ਕਰੀ ਜਾਂਦੀ ਚੱਲ ਮੈਂ ਜਾ ਕੇ ਉਹਨਾਂ ਸਰਪੰਚ ਕੋਲ ਮੜਾ ਜਾ ਹੈ ਕੀ ਕਰਨਾ ਹੈਪੀ ਦੇ ਤਾਂ ਕੰਮ ਹੀ ਇਹੋ ਜਿਹੇ ਹੁੰਦੇ ਨੇਗੇ ਗੱਦ ਦੇਣੇ ਬਸ ਐ ਕਰ ਕਢਾ ਕੇ ਪੈਸੇ ਕਰ ਲੈਣੇ ਤੂੰ ਉਹ ਤੂੰ ਕਾਲਾ ਬਾਣਾ ਉਹ ਕਾਲਾ ਹੁਣ ਦੱਸ ਬੰਦੇ ਦਾ ਪਤਾ ਕਿਸੇ ਸਿਆਣੇ ਬੰਦੇ ਦੀ ਰਾਏ ਲੈ ਲੈਂਦਾ ਉਹ ਮੈਂ ਕਿਹੜਾ ਹੁਣ ਉਹਦੇ ਨਾਲ ਕੋਈ ਨਵਾਂ ਬਰਤਨ ਲੱਗਿਆ ਸੀ ਪੁਰਾਣੀ ਲਿਆਜ ਹੈਗੀ ਆ ਮੈਨੂੰ ਕੀ ਪਤਾ ਸੀ ਵੀ ਹੈਪੀ ਐ ਕਰੂਗਾ ਕੋਈ ਨਾ ਪਿੰਡ ਜਲੂਸ ਤਾਂ ਮੈਂ ਕਢਾਉਂਗਾ ਉਹਦਾ ਜਾਨਾ ਮੈਂ ਉਹਦੇ ਕੋਲ ਹੈਪੀ ਬੇਈਮਾਨ ਤਾਂ ਨਹੀਂ ਹੈਗਾ ਕੋਈ ਤੈਨੂੰ ਬੇਈਮਾਨੀ ਚ ਨਹੀਂ ਦਵਾਇਆ ਹੈਪੀ ਨੇ ਹੈਪੀ ਕਾਹਲਵਾਲੀ ਕਰਦਾ ਹੈ ਚੱਲ ਜਿਵੇਂ ਵੀ ਆ ਕੋਈ ਤਾਂ ਹੱਲ ਹੋਊਗਾ ਮੈਨੂੰ ਮੈਂ ਐ ਨਹੀਂ ਚਾਹੁੰਦਾ ਵੀ ਹੈਪੀ ਪੈਸੇ ਮੋੜੇ ਜਾਂ ਕੁਛ ਕਰੇ ਮੈਨੂੰ ਐ ਆ ਇਕੱਠ ਕਰੂੰਗਾ ਕੀ ਹੈ ਕੋਈ ਰਾਹ ਰੂਹ ਦਾ ਹੱਲ ਕਰਵਾ ਦੇ ਹੈਪੀ ਚੱਲ ਦੇਖ ਲਈ ਚੱਲ ਕਾਹਦਾ ਦੇਣਾ ਸੀ ਰਾਹ ਮੇਰਾ ਚਿੱਤ ਨਹੀਂ ਮੰਨਦਾ ਚਿੱਤ ਨਹੀਂ ਮੰਨਦਾ ਕਰ ਲਾ ਤੂੰ ਐ ਤੈਨੂੰ ਕੌਣ ਦੇਊਗਾ ਰਾਹ ਵਾਗਰੂ ਵਾਗਰੂ ਹੋਰ ਨਵਾਂ ਵੰਜ ਕੱਢਤਾ ਮੈਨੂੰ ਕਹਿੰਦਾ ਵੀ ਉਹਨੂੰ ਪਹੀ ਲੱਗਦੀ ਆ
ਹੁਣ ਮੈਂ ਜ਼ਮੀਨ ਦਾ ਲਿਖ ਲਿਖਾ ਵੀ ਕਰ ਲਿਆ, ਪੈਸੇ ਵੀ ਦੇਤੇ, ਪਹੀ ਉਹਨੂੰ ਕੋਈ ਹੈ ਨਹੀਂ। ਪਹਿਲਾਂ ਤੂੰ ਦੇਖੀ ਨਹੀਂ ਸੀ ਪਹੀ ਆਪਣਾ ਵੀ ਕਿੱਧਰ ਹੀ ਜਾਈਦਾ? ਉਹ ਦੇਖੀ ਤਾਂ ਹੈਗੀ ਸੀ ਮੈਨੂੰ, ਉਹ ਬਸ ਉਹੀ ਗੱਲ ਵੀ ਓਹਲੇ ਚ ਰੱਖ ਗਿਆ ਵੀ ਪਹੀ ਲੱਗਦੀ ਹੈ, ਗਾਹਾਂ ਤੋਂ ਉਹ ਪਹੀ ਬੰਦ ਸੀ, ਮੈਂ ਪੂਰੀ ਦੇਖੀ ਨਹੀਂ ਹੈਗੀ। ਤੇ ਸਾਡੇ ਨਾਲ ਪੈੜੀ ਲੱਗਦੀ ਹੈ ਗੁਰਬਚਨ ਕੀ, ਮੈਂ ਉਹਨਾਂ ਨੂੰ ਹੀ ਪੁੱਛਿਆ ਸੀ ਵੀ ਉਹ ਜਵਾਬ ਦੇ ਗਏ। ਹੁਣ ਮੈਂ ਤਾਂ ਐਂ ਕਹਿਣਾ ਵੀ ਮਾੜਾ ਜਿਹਾ ਹੈਪੀ ਨੂੰ ਸੱਦ ਕੇ ਥੋੜਾ ਲਾਹ ਪਾ ਦਾ ਕਰਾਓ, ਐਂ ਥੋੜੀ ਕਰੀਦਾ ਹੁੰਦਾ। ਨਹੀਂ ਗੁਰਬਚਨ ਕੀ ਪੈੜੀ ਲੱਗਦੀ ਹੈ, ਇੱਕ ਤਾਂ ਉਹਦੇ ਨਾਲ ਤੇ ਇੱਕ ਸੇਵਕ ਦੀ ਪੈੜੀ ਨਹੀਂ ਲੱਗਦੀ? ਲੱਗਦੀ ਤਾਂ ਹੈਗੀ, ਮੈਂ ਉਹਨਾਂ ਨਾਲ ਤਾਂ ਕੋਈ ਗੱਲ ਕੀਤੀ ਨਹੀਂ ਹੈਗੀ। ਉਹ ਗੁਰਬਚਨ ਨੇ ਜਵਾਬ ਦਿੱਤਾ? ਗੁਰਬਚਨ ਨੇ ਤਾਂ ਜਵਾਬ ਦਿੱਤਾ, ਮੈਂ ਤਾਂ ਬਸ ਐਂ ਆਇਆ ਸੀ ਮੇਰਾ ਕੋਈ ਨਾ ਹੱਲ ਕਰਾ ਦੋ, ਆਹ ਫਸਲ ਚੁਕਾ ਦੋ, ਗਾਂਹ ਤੋਂ ਗਾਂਹ ਦੇਖੀ ਜਾਊਗੀ, ਹੋਰ ਮੈਂ ਤਾਂ ਬਾਹਲਾ ਦੁਖੀ ਹੋਇਆ ਪਿਆ। ਚੱਲ ਤੂੰ ਐਂ ਕਰ, ਹਾਂਜੀ ਹੁਣ ਜੇ ਕੋਈ ਕੰਮ ਮੈਂ ਤੈਨੂੰ ਕਰ ਲਿਆ, ਘੰਟੇ ਅੱਧੇ ਘੰਟੇ ਤੱਕ ਮੈਂ ਉਹਨਾਂ ਨੂੰ ਬੁਲਾਉਣਾ, ਦੋਵਾਂ ਨੂੰ, ਨਾ ਗੁਰਬਚਨ ਨੂੰ ਬੁਲਾਉਣਾ, ਨਾ ਮੈਂ ਫਿਰ ਉਸ ਸੇਵਕ ਨੂੰ ਬੁਲਾਉਣਾ, ਨਾ ਹੈਪੀ ਨੂੰ ਬੁਲਾਉਣਾ। ਹੈਪੀ ਨੂੰ ਤਾਂ ਪੱਕਾ ਸੱਦਿਓ ਜੀ, ਹੈਪੀ ਨੂੰ ਤਾਂ ਪਹਿਲਾਂ ਹੈਪੀ ਨੂੰ ਸੱਦੂ ਪਹਿਲਾਂ ਮੈਂ, ਠੀਕ ਹੈ, ਫਿਰ ਹੈਪੀ ਨੂੰ ਜਾ ਕੇ ਫਿਰ ਉਸ ਤੋਂ ਬਾਅਦ ਸੇਵਕ ਨੂੰ ਤਾਂ ਬਾਅਦ ਸੱਦੂਗਾ, ਖਰਾ ਮੁੰਡਾ ਨਰਮ ਹੈ, ਮਨ ਜੂ ਤੇਰਾ ਹੱਲ ਖਬਰ ਹੋ ਜੇ, ਜੇ ਗੁਰਬਚਨ ਕੇ ਜਵਾਬ ਦੇ, ਗੁਰਬਚਨ ਕੇ ਉਹ ਜਵਾਬ ਕੇ ਦੂਜਾ ਉਹਦਾ ਭਾਈ ਜਿਹੜਾ ਅੜਪ ਹੈਗਾ। ਅੜਪ ਤਾਂ ਹੈਗਾ ਜੀ, ਮੇਰੀ ਗੱਲ ਸੁਣੋ ਜੀ, ਸਾਡਾ ਤਾਂ ਹੱਲ ਕਰਾ ਦੋ, ਉਹੀ ਦੇਖ ਲਓ ਜੀ, ਸਾਡੇ ਵਾਲੇ ਗੁਆਂਢ ਦੀਆਂ ਸਾਰੀਆਂ ਵੋਟਾਂ ਤੁਹਾਨੂੰ ਪਾਈਆਂ ਜੀ, ਫਿਰ ਆਪਾਂ ਨਹੀਂ ਭੱਜੇ ਹੈਗੇ, ਹੁਣ ਤੁਸੀਂ ਵੀ ਨਾ ਭੱਜੇ। ਚੱਲ ਕਿਉਂ ਤੂੰ ਹੁਣ ਇੰਦਾ ਗਾਹ ਵੋਟਾਂ ਦੇ ਹੈਗਾ, ਤੇਰਾ ਹੱਲ ਤੋ ਕੀ ਆ, 6 ਮਹੀਨੇ ਤਾਂ ਤੇਰੇ ਨਿਗਵਾਉਂਗਾ ਮੈਂ, ਕਿਵੇਂ ਕਰਾਂ? ਹਾਂ ਯਾਰ 6 ਮਹੀਨੇ ਨਗਾ ਦੋ ਜੀ, ਮੇਰੇ ਆ ਫਸਲ ਚੱਕ ਲੈਣ ਤੋਂ ਗਾਹ ਮੈਂ ਤਾਂ ਬੀਜਦਾ ਹੀ ਨਹੀਂ ਹੈਗਾ, ਦੇਖ ਗਾਹਾਂ ਨੂੰ ਮਾੜਾ ਜਿਹਾ ਪੁੱਛ ਕੇ ਨਾ ਬਾਹਣ ਲੱਗੀਏ, ਪਹਿਲਾਂ ਲਾਂਘਾ ਖਾਲ ਜ਼ਰੂਰੀ ਹੁੰਦਾ ਮਿਲਿਆ, ਹੋਰ ਕੰਮ ਤਾਂ ਹੋ ਜੇ ਪਹਿਲਾਂ ਜਾ ਕੇ ਖੇਤ, ਜੇ ਤਾਂ ਉਸ ਖੇਤ ਨੂੰ ਰਹਿੰਦੇ ਉੱਧਰ ਆਪਣੀ ਪੱਤੀ ਚ ਟੱਕ ਹੈ ਉਹਦਾ ਤਾਂ ਪਤਾ ਹੁੰਦਾ, ਜਿਹੜਾ ਦੂਜੀ ਬਾਹਰਲੀ ਪੱਤੀ ਚ ਟੱਕ ਲੈਣਾ ਉਹਦਾ ਪਹਿਲਾਂ ਖਾਲ ਤੇ ਲਾਂਘਾ ਤਾਂ ਜ਼ਰੂਰੀ ਚੀਜ਼ ਦੇਖ ਕੇ ਫਿਰ ਹੱਥ ਪਾਈਏ। ਉਹ ਮੈਨੂੰ, ਮੈਂ ਤਾਂ ਹੈਪੀ ਤੇ ਵਿਸ਼ਵਾਸ ਕਰਦਾ ਸੀ, ਇੱਕ ਥੋੜੀ ਸਸਤੀ ਮਿਲ ਗਈ ਸੀ ਜ਼ਮੀਨ ਮੈਨੂੰ, ਵਾਹ ਕਾਹਨੂੰ ਵਾਹ ਕਰਦਾ ਤੁਹਾਨੂੰ, ਆ ਸਸਤੀਆਂ ਦੇ ਜਿਹੜੇ ਲਾਲਚ ਨਾ ਇਹ ਜਰਕਦੇ ਨੇ ਹੋ ਜਾਂਦਾ, ਇਹ ਦੇਖਦੇ ਨਹੀਂ ਬਸ ਆਹੀ ਤਾਂ ਚੀਜ਼ ਹੁੰਦੀ। ਚਲ ਕੋਈ ਨਾ ਜੀ, ਮੇਰੇ ਤਾਂ ਆਹ ਹੱਲ ਕਰਵਾ ਦਿਓ ਤੇ ਫਿਰ ਕੋਈ ਨਾ, ਮੈਂ ਘੰਟੇ ਤੱਕ ਜਦ ਮੈਨੂੰ ਫੋਨ ਕਰਦੇ ਫਿਰ ਕੋਈ, ਮੈਂ ਤੈਨੂੰ ਫੋਨ ਕਰ ਲੂੰਗਾ, ਮੈਂ ਉਹਨੂੰ ਸੱਦ ਲੈ, ਮੈਂ ਉਹਨੂੰ ਸੱਦ ਲੈਣਾ, ਬਸ ਐ ਵੀ ਤੇਰੇ ਕੋਲੇ ਖੜੇ ਤੋਂ ਗੱਲ ਉੱਠ ਰਹੀ ਸੀ, ਜੋ ਮੈਨੂੰ ਵਿਸ਼ਵਾਸ ਹੈ ਤੁਸੀਂ ਮੇਰਾ ਹੱਲ ਕਰਕੇ ਦੋਗੇ, ਚਲ ਮੈਨੂੰ ਫੋਨ ਕਰ ਦਿਓ ਫਿਰ ਮੈਂ ਆ ਜਾਊਂਗਾ ਘੰਟੇ, ਮੈਂ ਉਹਨਾਂ ਨੂੰ ਫੋਨ ਕਰਕੇ ਸੱਦਾਂ, ਠੀਕ ਹੈ ਜੇ ਘਰੇ ਹੋਇਓ ਮੇਰੇ ਆ ਫੋਨ ਸੁਣਨ ਸਾਰ ਆਉਣਗੇ, ਇਹੋ ਜੀ ਗੱਲ ਤਾਂ ਹੈ ਨਹੀਂ ਵੀ ਉਹ ਐਂ ਕਹਿ ਦੇਣਗੇ ਵੀ ਅੱਜ ਨਹੀਂ ਆਉਣੇ ਜਾਂ ਸਵੇਰ ਆਵਾਂਗੇ, ਜੇ ਘਰੇ ਨਾ ਹੋਏ ਤਾਂ ਵੱਖਰੀ ਗੱਲ, ਉਹ ਦੱਸੂ ਤੈਨੂੰ ਮੈਂ, ਠੀਕ ਹੈ? ਚਲੋ ਜਿਵੇਂ ਤੁਹਾਨੂੰ ਲੋਟ ਲੱਗਿਆ ਮੈਂ ਫੋਨ ਕਰਕੇ ਦੱਸ ਦਿਓ। ਹਾਂ ਵੀ ਜੇ ਤੂੰ ਕੋਲ ਕੋਲੇ ਖੜਾ ਹੋਇਆ ਲੱਗਦਾ ਪਹਿਲੇ ਹੀ ਹੈਗਾ, ਮੈਂ ਉਹਨਾਂ ਨੂੰ ਬਹਾਨੇ ਖਾਨੇ ਮਾਰ ਕੇ ਮੋੜ ਤੋੜ ਲਿਆ ਕੇ ਗੱਲ ਲਿਆਊਂਗਾ ਉੱਥੇ, ਫਿਰ ਮੈਂ ਕਹਾਂਗਾ ਮੁੰਡੇ ਨੂੰ ਕੋਲ ਸਾਦਾ ਹੈ, ਸਹੀ ਹੈ ਤੁਹਾਡੀ, ਹਾਂ ਤੂੰ ਜਾ, ਚਲੋ ਠੀਕ ਹੈ, ਚੰਗੇ ਸਤਿ ਸ਼੍ਰੀ ਅਕਾਲ ਜੀ, ਮੈਂ ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ, ਕੋਈ ਗੱਲ ਨਹੀਂ, ਉਹ ਦੇਖਦੇ ਨਹੀਂ ਕਰਦੇ ਨਹੀਂ, ਹੈਪੀ ਵੀ ਇਹੋ ਜਿਹੀ ਹੈਗਾ, ਉਹਨੂੰ ਐਂ ਵੀ ਆਪਾਂ ਅਕਸਰ ਕੱਢੀਏ ਆਪਦੇ ਕੀ ਫਰਕ ਪੈਂਦਾ, ਪੈਸੇ ਖੜੇ ਕਰ ਲਏ ਉਹਦੇ ਜਵਾਕ ਦੇ, ਉਹ ਕਰਦਾ ਤੂੰ ਮਾੜਾ ਮੋਟਾ ਤਾਂ ਦੇਖ ਲਿਓ ਤੂੰ ਰੋਜ਼ ਦੇ ਮਿਲਣ ਜੁਲਣ ਵਾਲੇ ਤੁਸੀਂ, ਵੀ ਕੱਲ ਨੂੰ ਲਾਂਬਾ ਕੀਤੇ ਹੋਊ, ਪਹਿਲਾਂ ਹੈਪੀ ਦੇ ਚਾਰ ਕੰਮ ਕਰ ਉਹਨੂੰ ਸੱਦ। ਹੈਲੋ, ਉਹ ਹੈਪੀ ਬੋਲਦਾ? ਉਹ ਹੈਪੀ ਮੇਰੇ ਕੋਲ ਆ ਕੇ ਜਾ ਮਿਲਿਆ, ਮੈਂ ਸਰਪੰਚ ਬੋਲਦਾ। ਹਾਂਜੀ ਹਾਂ ਸਮਝ ਆ ਗਈ ਸੀ ਗੱਲ, ਇਸ ਤੋਂ ਪਹਿਲਾਂ ਤੈਨੂੰ ਸਮਝ ਵੀ ਆ ਗਈ ਸਰਪੰਚ ਬੋਲਦਾ। ਚੱਲ ਕੋਈ ਨਹੀਂ, ਚੰਗਾ ਸ਼ਾਬਾਸ਼, ਆ ਕੇ ਜਾ ਮੇਰੇ ਕੋਲ, ਚੰਗਾ ਮਾਰੋ ਜਾ। ਹਾਂ ਚਲ ਹੈਲੋ, ਉਹ ਸੇਵਕ, ਹਾਂ ਮੈਂ ਸਰਪੰਚ ਬੋਲਦਾ, ਸਮਝ ਗਿਆ। ਹਾਂ ਜੀ, ਅੱਛਾ ਅੱਛਾ ਠੀਕ ਆ, ਮਾੜਾ ਜਿਹਾ ਕੰਮ ਹੈ ਮੇਰੇ ਕੋਲ, ਆ ਕੇ ਜਾਈ ਹੈਗਾ, ਬਸ ਆ ਜਾ ਜੇ ਨਹੀਂ ਕੋਈ ਕੰਮ, 5-10 ਮਿੰਟਾਂ 'ਚ ਹੁਣ ਆ ਜਾ ਮਾੜਾ ਜਿਹਾ, ਉਹਦੀ ਮਾੜਾ ਜਿਹਾ ਕੰਮ ਹੀ ਆ, ਕੋਈ ਗੱਲ ਨਹੀਂ ਖਾਸ, ਠੀਕ ਆ। ਓ ਬੰਟੂ, ਹਾਂ ਹੈਪੀ, ਸਰਪੰਚ ਕੋਲ ਆ? ਹਾਂ ਸਰਪੰਚ ਕੋਲ ਹੀ ਆਉਣਾ। ਤੂੰ ਸਰਪੰਚ ਕੋਲ, ਹੁਣ ਤੈਨੂੰ ਮੈਂ ਕਿਹਾ, ਦੱਸ ਮੈਨੂੰ, ਤੈਨੂੰ ਸਰੋਂ ਤੋਂ ਹੈ, ਅੱਛਾ ਕਣਕ ਦਿਖਾਈ ਤੈਨੂੰ, ਤੈਨੂੰ ਪਹੀ ਦਿਖਾਈ, ਫਿਰ ਤੂੰ ਹੁਣ ਸਰਪੰਚ ਕੋਲ ਕੀ ਕਰਨ ਗਿਆ ਸੀ? ਹੁਣ ਜਾਵਣਾ ਦਾ ਕੀ ਕਰਾਂ, ਦੇਖ ਤੇ ਪੈਸੇ ਵੀ ਦੇਤੇ, ਤੂੰ ਮੈਨੂੰ ਐ ਤਾਂ ਦੱਸਿਆ ਵੀ ਪਹੀ ਗਾਹਾਂ ਤੋਂ ਬੰਦਾ, ਦੱਸ ਮੇਰੀ ਗੱਲ ਸੁਣ ਬੰਟੂ, ਹੁਣ ਆ ਜ਼ਮੀਨ ਹੈ, ਹਾਂ ਜ਼ਮੀਨ ਹੈ ਕੋਈ, ਜਿਹੜੀ ਦੂਜੀ ਪਹੀ ਨਾ, ਉਹ ਦੂਜੇ ਨੇ ਬੰਦੇ ਨੇ ਖਰੀਦ ਲਈ ਕਿਸੇ ਨੇ, ਫਿਰ ਉਹ ਚ ਮੇਰਾ ਕੀ ਕਸੂਰ ਹੋਣਾ? ਉਹ ਦੇਖ ਵੱਡੇ ਭਾਈ, ਆਪਣਾ ਭਰਾਵਾਂ ਵਾਂਗੂ ਪਿਆਰ ਸੀ, ਤੂੰ ਮੈਨੂੰ ਐਂ ਤਾਂ ਦੱਸ ਸਕਦਾ ਸੀ ਵੀ ਗਾਹ ਪਈ ਕਿਸੇ ਦਾ ਪਲਾਟ ਆ, ਉਹ ਵਿਕ ਵੀ ਸਕਦਾ, ਮੈਂ ਨਾ ਲੈਂਦਾ ਜ਼ਮੀਨ ਯਾਰ, ਨਾਲੇ ਤੈਨੂੰ ਸਸਤੀ ਜ਼ਮੀਨ ਦਵਾਈ, ਨਾਲੇ ਤੂੰ ਮੈਨੂੰ ਆਹ ਸ਼ਾਬਾਸ਼ ਦਿੰਦਾ ਹੁਣ ਤੂੰ। ਉਹ ਸਸਤੀ ਕਾਹਦੀ ਦਵਾਈ ਆ, ਤੂੰ ਤਾਂ ਕੀੜੇ ਵਾਲੇ ਜੰਡ ਤੇ ਚੜਾਤਾ, ਕੀੜੇ ਕੀ ਜੰਡ ਜਾਂਦੇ, 2.5 ਲੱਖ ਦੀ ਤਾਂ ਤੇਰੇ ਕੋਲ ਸਰੋਂ ਖੜੀ ਹੈ, ਉਹ ਸਰੋਂ ਨੂੰ ਕੋਈ ਕਿਤੋਂ ਟਰੈਕਟਰ ਸਾਧਨ ਟੱਪੇ ਫੇਰ ਹੀ ਆ, ਉਹ ਖੜੀ ਦੱਸ, ਉਹ ਮੈਂ ਦੱਸ ਚੱਟਾ ਹੁਣ ਜਾ ਕੇ ਯਾਰ, ਆਂਡੇ ਗੁਆਂਡੇ ਨਾਲ ਕਿਸੇ ਨਾਲ ਵਰਤ ਲਾ ਵਾ, ਆਪਦੀ ਫਸਲ ਉਹ ਕਰ ਲਾ, ਇਹ ਚ ਕੀ ਗੱਲ, ਐਡੀ ਕਿੱਡੀ ਗੱਲ ਹੁੰਦੀ ਆ ਵਰਤ ਵਰਤਾਵਾ ਦਾ, ਹੁਣ ਤੂੰ ਆਪ ਕਰਨਾ ਵਰਤ ਵਰਤਾਵਾ ਦਾ ਨਹੀਂ ਮੇਰੇ ਸਾਰੇ, ਫਿਰ ਦਵਾ ਦੇ ਪਈ ਮੈਨੂੰ, ਲੈ ਵਰਤ ਵਰਤਾ, ਹੁਣ ਤੂੰ ਆਣਾ ਵਰਤ ਲਾ, ਆਣਾ ਤੂੰ ਲੈ ਲੈ। ਦੇਖ ਭਰਾਵਾ, ਮੇਰੇ ਨਾਲ ਲੜਨ ਦਾ ਕੋਈ ਫਾਇਦਾ ਨਹੀਂ ਹੈਗਾ,
ਉੱਥੇ ਸਰਪੰਚ ਕੋਲ ਵਗ ਜਾ, ਮੈਂ ਵੀ ਆਉਣਾ ਥੋੜੇ ਟਾਈਮ ਤੇ, ਉਹ ਗਰਬਾ ਚੜ੍ਹ ਕੇ ਵੀ ਆ ਜਾਣਗੇ ਤੇ ਸੇਵਕ ਵੀ ਉਹ ਵੀ ਆ ਜਾਊਗਾ, ਤੂੰ ਮੇਰਾ ਹੱਲ ਕਰਾ ਦੇ, ਮੈਨੂੰ ਪਹੀ ਦਵਾ ਦੇ, ਮੇਰਾ ਤੇਰੇ ਨਾਲ ਕਾਸੇ ਦਾ ਰੌਲਾ ਨਹੀਂ ਹੈਗਾ। ਮੈਂ ਯਾਰ ਕੋਈ ਪਹੀਆਂ ਸੀ ਤੋਂ ਆਉਂਦਾ ਨਹੀਂ ਸੀ, ਮੈਂ ਤਾਂ ਤੇਰਾ ਬਾਣ ਦਾ ਕਰਿਆ ਸੀ, ਤੈਨੂੰ ਬਾਣ ਦਵਾਤਾ, ਠੀਕ ਆ, ਪਹੀਆਂ ਪਹੀਆਂ ਦਾ ਮੇਰੇ ਕੋਈ ਸਾਰੇ ਨਹੀਂ, ਆਦਾ ਕਿਸ ਤੋਂ ਲੈ ਨਾ ਲੈ ਉਹ ਤੇਰੇ ਸਾਰੇ ਆ, ਠੀਕ ਆ। ਬਾਕੀ ਸਰਪੰਚ ਕੋਲੇ ਕੋਈ ਵੱਡੀ ਗੱਲ ਨਹੀਂ, ਸਰਪੰਚ ਕੋਲੇ ਵਗ ਜਾਣਾ, ਸਰਪੰਚ ਕੀ ਗੋਲੀ ਚਲਾ ਦੂ ਐ। ਚੱਲ ਕੋਈ ਗੱਲ ਨਹੀਂ, ਗੱਲ ਹੁੰਦੀ ਆ ਉਹ ਗੱਲ ਹੀ ਹੁੰਦੀ ਹੁੰਦੀ। ਚੱਲ ਕੋਈ ਗੱਲ ਨਹੀਂ, ਹੁਣ ਪੰਚਾਇਤ 'ਚ ਹੀ ਨਿਬੜਾਂਗੇ ਫਿਰ, ਨਵੇਂ ਨਿਬੜ ਜੀ, ਠੀਕ ਆ। ਨਿਪੜੂ ਇਹ ਪੰਚਾਇਤ 'ਚ ਭੱਟਾ, ਵੀ ਤੇਰਾ ਦੱਸ ਮੈਂ ਕੀ ਮਾੜਾ ਕਰਤਾ, ਤੈਨੂੰ ਜ਼ਮੀਨ ਦਵਾਤੀ ਸਸਤੀ, ਹੁਣ ਇਹ 'ਚ ਰਾਹ ਤਾਂ ਮੇਰਾ ਕੀ ਕਸੂਰ ਹੈ, ਰਾਹ ਤਾਂ ਹੁਣ ਤੂੰ ਆਪ ਹੀ ਲੈਣਾ ਸੀ। ਚੱਲ ਕੋਈ ਨਾ, ਜਾਂਦੇ ਸਰਪੰਚ ਕੋਲ, ਸਰਪੰਚ ਕੀ ਗੋਲੀ ਚਲਾ ਦੂ। ਚਲੋ ਸਤਿ ਸ਼੍ਰੀ ਅਕਾਲ ਬਾਈ, ਸਤਿ ਸ਼੍ਰੀ ਅਕਾਲ ਜੀ, ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਆ, ਵੀਡੀਓ ਕਿੱਦਾਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ, ਜੇ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਨਾ ਤਾਂ ਅੱਗੇ ਸ਼ੇਅਰ ਕਰ ਦਿਆ ਕਰੋ, ਵੀਰੇ ਗੱਲ ਹੋਰ ਮਿਹਨਤ ਲੱਗਦੀ ਆ ਸਾਡੀ, ਪਲੀਜ਼ ਪਲੀਜ਼ ਇਹਨੂੰ ਸ਼ੇਅਰ ਕਰ ਦਿਆ ਕਰੋ ਵੱਧ ਤੋਂ ਵੱਧ। ਤੇ ਇੱਕ ਗੱਲ ਹੋ ਰਹੀ, ਵੀਡੀਓ ਦੇਖਦੇ ਹੋ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ, ਤੇ ਜਿਹੜੀ ਨਾਲ ਬੈਲ ਆ ਨਾ ਉਹਨੂੰ ਜ਼ਰੂਰ ਦਬਾ ਲਿਆ ਕਰੋ, ਤਾਂ ਜੋ ਅਸੀਂ ਵਧੀਆ ਵਧੀਆ ਵੀਡੀਓ ਬਣਾਈਏ ਤੇ ਉਹਨਾਂ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ।